बिस्मिल्लाहिर्रहमानिर्रहीम। आज मैं फ्रूट मंडी उस साइड पर आया हाँ, जिस साइड पर सिर्फ जाली वाला खरबूजा ही है। तो हाँ जी, तोड़िया वाला जालियाँ, इन जाली वाला ही सद्दे, जाली वाला ही है। तोड़िया निके निके तोड़िया होंगे। माशाल्लाह पता करने हैं भाई होरी कि साइड पर या कितों लेके आए हैं, तो रेट की है। अस्सलाम वालेकुम सर। सर की हाल है? और खैर खरीयत है? तबीयत सेहत ठीक है? माशाल्लाह सर, ये कितों लेके आए खरबूजा? सर जिला उकाड़ा चूचक रोड। ऊंचा बोलो, जरा ऊंचा बोलो, खोल के बोलो। जिला उकाड़ा चूचक हबीबाबाद रोड। अच्छा, हबीबाबाद रोड। किन्ने किन्ने जाली सर? जाली 500 दी। माशाल्लाह राती बारिश भी बड़ी आई है, तो बाजार ठीक है के मंदे हो गए? बहुत मंदे बाजार। क्यों की वजह? बाजार मंदे होने दी वजह नाल, क्योंकि बारिश हो गई, कुछ लोगों ने माल बकाया जात पे। कल बड़ा माल इथे हैगा सी, आज घाट है। ਜਿਹਦੀ ਵਜ੍ਹਾ ਨਾਲ ਮਤਲਬ ਹੈ ਕਿ ਮਾਲ ਮੰਦਾ ਹੋ ਗਿਆ ਹੈ। ਅੱਛਾ, ਸਾਡੇ 400-500 ਤੱਕ ਸੇਲ ਹੋ ਰਹੀ ਹੈ। ਅੱਛਾ ਅੱਛਾ। ਅਗਰ ਜ਼ਿਆਦਾ ਮੰਗਾਂਗੇ ਤਾਂ ਫਿਰ ਗਾਹਕ ਅੱਗੇ ਚਲਾ ਜਾਏਗਾ, ਗਾਹਕ ਨਹੀਂ ਮੁਤਮਿਨ ਹੋ ਰਿਹਾ, ਕਿਉਂਕਿ ਕੁਛ ਮਾਲ ਉਹਨਾਂ ਨੇ ਬਕਾਇਆ ਜਾਂਦੀ ਪੈਣ ਨਹੀਂ ਸੇਲ ਹੋਏ, ਇਸ ਵਜ੍ਹਾ ਕਰਕੇ ਮਾਲ, ਕਿਉਂਕਿ ਦੁਆਣਾ ਹੋ ਗਿਆ ਜਾਂ ਖਰਬੂਜ਼ਾ ਹੋ ਗਿਆ, ਬੜਾ ਸਿਹਤ 'ਤੇ ਅਸਰ ਪੈਂਦਾ ਇਹਦੇ 'ਤੇ। ਇਸ ਚੀਜ਼ ਦਾ ਜ਼ਿਆਦਾ ਜ਼ੋਰ ਹੈ ਅਤੇ ਫਿਰ ਇਸ ਤਰ੍ਹਾਂ ਹੀ ਮਤਲਬ ਅਸਰ ਪੈਂਦਾ ਹੈ, ਕਿਉਂਕਿ ਅਗਰ ਜ਼ਿਆਦਾ ਅਸੀਂ ਵੱਧ ਮੰਗਾਂਗੇ ਰੇਟ ਤਾਂ ਫਿਰ ਗਾਹਕ ਅੱਗੇ ਚਲਾ ਜਾਏਗਾ, ਬਾਜ਼ਾਰ ਦੇ ਹਿਸਾਬ ਨਾਲ ਜੋ ਮਾਰਕੀਟ ਚੱਲੇਗਾ ਉਹੀ ਰੇਟ ਮਤਲਬ ਪੂਰੀ ਮਾਰਕੀਟ 'ਚ ਹੋਏਗਾ। ਅੱਛਾ ਅੱਛਾ। ਮਾਸ਼ਾਅੱਲਾ 15 ਦਾਣੇ ਲੱਗੇ ਨੇ, ਇਹ ਗਰਮਾ ਹੈ, 15 ਦਾਣੇ ਲੱਗੇ ਨੇ। ਇਹ ਉਕਾੜੇ ਦਾ ਮਾਲ ਆਇਆ, ਇਹ ਭਾਈ ਹੋਰ ਤੁਸੀਂ ਲਿਆਂਦਾ ਸਰ? ਇਹ ਭਾਈ ਹੋਰਾਂ ਦਾ, ਇਹ ਵੇਖੋ 100-100 ਇਹਨਾਂ ਦਾ ਹੋ ਗਿਆ। ਦੋ 15 ਦਾਣੇ ਹਨ, 100-100 ਦਾ ਵਿਕਿਆ। ਇਹ ਉਕਾੜੇ ਦਾ ਮਾਲ ਹੈਗਾ। ਹਾਂਜੀ, ਮੰਦਾ ਵੇਖ ਰਿਹਾ ਇਹਨਾਂ, ਉਹ ਬਾਰਿਸ਼ ਸੀ ਨਾ ਕੱਲ, ਤੇ ਉਹਦੀ ਵਜ੍ਹਾ ਤੋਂ ਫਿਰ ਜਿਹੜਾ ਨਾ ਗਾਹ ਘਾਟ ਹੈਗਾ। ਮਾਸ਼ਾਅੱਲਾ ਜੀ, ਇਹ ਵੀ ਗਰਮਾ ਹੈ। ਪੁੱਛਦੇ ਆਈ ਸਾਹਿਬ ਹੋਰਾਂ ਤੋਂ ਕਿ ਇਹ ਕਿਹੜੇ ਇਲਾਕੇ ਦਾ ਹੈ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ ਸਰ ਜੀ, ਇਹ ਕਿਹੜੇ ਇਲਾਕੇ ਦਾ ਹੈ ਗਰਮਾ? ਮੈਂ ਸੁਣ ਕੇ ਹੈਰਾਨ ਹਾਂ ਕਿ ਸਾਡੇ ਪੰਜਾਬ ਵਿੱਚ ਵੀ ਉਗਾਇਆ ਜਾ ਰਿਹਾ। ਮਾਸ਼ਾਅੱਲਾ ਪੰਜਾਬ ਨਾਲ ਹੀ ਸਾਰਾ ਪਾਕਿਸਤਾਨ ਜਾ ਰਿਹਾ। ਨਹੀਂ ਨਹੀਂ, ਪਹਿਲੇ ਤਾਂ ਆਉਂਦਾ ਸੀ ਨਾ ਜੋ ਸਿੰਧ ਦਾ ਤਾਂ ਸੁਣਿਆ ਹੈ ਨਾ, ਜਾਂ ਕਾਬਲ ਨੂੰ ਆਉਂਦਾ ਹੁੰਦਾ ਸੀ ਜਾਂ ਚਮਨ ਨੂੰ ਆਉਂਦਾ ਹੁੰਦਾ ਸੀ, ਐਵੇਂ ਗੱਲ ਹੈ ਨਾ ਭਾਈ ਨਾ। ਪਾਕਿਸਤਾਨ ਦੀ ਸਰਦੀ ਮਹੀਨਾ ਸੀ ਇਹ, ਇੱਥੇ ਸਾਰਾ ਕੁਛ ਅਨਾਜ ਨਿਕਲਦਾ। ਪੰਜਾਬ ਦਾ ਵੀ ਹੈ ਗਰਮਾ, ਪਰ ਪੰਜਾਬ ਦੇ ਇਨਸ਼ਾਅੱਲਾ ਪੰਜਾਬ ਦੀ ਐਸੀ ਸਰਹੇਲ ਜ਼ਮੀਨ ਹੈਗੀ, ਇੱਥੇ ਜਿਹੜੀ ਚੀਜ਼ ਲਾਓਗੇ ਮਿਲੇਗੀ। ਮਾਸ਼ਾਅੱਲਾ, ਕੀ ਬਾਤ ਹੈ ਜੀ, ਇਹ ਸਾਡੇ ਪੰਜਾਬ ਦਾ ਗਰਮਾ ਔਰ ਕਮਾਲ ਦਾ ਗਰਮਾ ਔਰ ਮਿੱਠਾ ਗਰਮਾ ਹੈ ਵਾਕਈ। ਅੱਗੇ ਤਾਂ ਬਾਹਰੋਂ ਆਉਂਦਾ ਸੀ, ਕਾਬਲ ਨੂੰ ਆਉਂਦਾ ਸੀ, ਤੇਦੂ ਆਉਂਦਾ ਸੀ, ਹੁਣ ਮਾਸ਼ਾਅੱਲਾ ਸਾਡੇ ਜ਼ਿਮੀਦਾਰ ਜਿਹੜੇ ਨਾ ਇਨਸ਼ਾਅੱਲਾ ਇੱਥੇ ਵੀ ਉਗਾਉਣ ਲੱਗ ਪੈਂਦੇ ਨੇ ਫਸਲ। ਹਾਂਜੀ, ਰੌਣਕਾਂ ਲੱਗਣ ਲੱਗ ਪਈਆਂ ਨੇ ਮਾਸ਼ਾਅੱਲਾ। ਅਸਲਾਮ ਵਾਲੇਕੁਮ ਸਰ। ਸਰ ਜੀ ਕੀ ਗੱਲ ਹੈ, ਤਾਰਾ ਸਾਰਾ ਗਰਮਾ ਥੱਲੇ ਲਾ ਕੇ ਰੱਖਿਆ ਹੋਇਆ ਜੀ, ਕੀ ਗੱਲ? ਮਾਸ਼ਾਅੱਲਾ ਗਰਮਾ ਵੀ ਬਾਰਿਸ਼ ਹੋ ਗਈ, 3-3 ਕਿਲੋ, 4-4, 4-4, 5-5 ਕਿਲੋ ਦਾ ਗਰਮਾ ਹੈ। ਤੇ ਕਿੰਨੇ ਕਿੰਨੇ ਦੀ ਪੇਟੀ ਹੈ ਸਰ? 1200 ਦੇ। ਕਿੰਨੇ ਦਾਣੇ ਸਰ? 8 ਦਾਣੇ। 8 ਦਾਣੇ ਹੈ ਜੀ, ਮਾਸ਼ਾਅੱਲਾ ਲੱਗਿਆ ਹੋਇਆ ਜੀ, ਵੱਡਾ ਵੱਡਾ ਹੈ। ਆਪਣੇ ਭਾਈ ਨੇ ਮੋਲਵੀ ਸਮੁੰਦਰੀ ਦੇ। ਅੱਛਾ ਅੱਛਾ, ਇਹਨਾਂ ਦਾ ਗਰਮਾ ਆਇਆ। ਤੇ ਸਰ ਜੀ ਕਿਹੜੇ ਇਲਾਕੇ 'ਚੋਂ ਆਇਆ? ਸਮੁੰਦਰੀ। ਸਮੁੰਦਰੀ ਕਿਹੜੀ ਸਾਈਡ ਦੇ ਸਰ ਜੀ? ਫੈਸਲਾਬਾਦ। ਅੱਛਾ ਅੱਛਾ, ਯਾਨੀ ਇਹ ਜਿਹੜੀ ਕਾਸ਼ਤ ਹੈਗੀ ਇਹ ਪੰਜਾਬ ਦੀ ਕਾਸ਼ਤ ਹੈ ਜੀ, ਇਹ ਪੰਜਾਬ ਵਿੱਚ ਵੀ ਬੀਜਾ ਜਾ ਰਿਹਾ ਹੈ। ਮਾਸ਼ਾਅੱਲਾ, ਕੀ ਬਾਤ ਹੈ ਸਰ।
ਲਾਲਾ ਕਿੱਥੋਂ ਦੀ ਗੱਡੀ ਆ ਗਈ? ਪੱਤੋਂ ਕੀ? ਕਿੰਨੇ ਦੀ ਜਾ ਰਹੀ ਹੈ? 700 ਰੁਪਏ ਦੀ। ਕਿੰਨਾ ਵਜ਼ਨ ਹੋਏਗਾ? ਤਕਰੀਬਨ 20 ਕਿਲੋ। 700 ਦੀ, ਇਹ ਤਾਂ 50 ਤੋਂ ਵੀ ਥੱਲੇ ਪੈ ਗਿਆ ਕਿਲੋ। ਹੈਂ, ਨਹੀਂ ਇਹਦਾ ਕੀ ਵਜ੍ਹਾ? ਰਾਤ ਨੂੰ ਬਾਰਿਸ਼ ਆਈ ਤਾਂ ਵਾਸਤੇ ਸਸਤਾ ਹੋਇਆ ਜਾਂ ਮਾਲ ਜ਼ਿਆਦਾ ਆਇਆ ਤਾਂ? ਹਾਂ, ਕਸਟਮਰ ਅੱਜ ਘੱਟ ਹੈ ਕਿਉਂਕਿ ਬਾਰਿਸ਼ ਆਈ ਹੋਈ ਹੈ। ਵੈਸੇ ਵੀ ਨਾਲ ਦੋ ਤਿੰਨ ਚੀਜ਼ਾਂ ਆਈਟਮਾਂ ਚੱਲ ਪਈਆਂ, ਮਾਸ਼ਾਅੱਲਾ ਇੱਥੇ ਸੌਦੇ ਹੋ ਰਹੇ। ਅਤੇ ਅੱਗੇ ਖੁੱਲ੍ਹਾ ਵੀ ਵੇਖ ਰਹੀ ਹੈ, ਪਿੱਛੇ ਜਿਹੜਾ ਹੈ ਨਾ ਜਾਲੀ ਵਾਲਾ। ਲਾਲਾ ਕਿੰਨੇ ਕਿੰਨੇ ਜਾਲੀ ਲਾਈ ਹੈ? ਵਜ਼ਨ ਕਿੰਨਾ ਹੋਏਗਾ ਸਰ? 14 ਕਿਲੋ 12 ਕਿਲੋ 13 ਕਿਲੋ। ਕਿੱਥੋਂ ਆ ਰਿਹਾ? ਗੰਗਰਪੁਰ ਦਾ ਜੀ। ਅੱਛਾ, ਮੇਰੇ ਖਿਆਲ ਨਾਲ ਇਸ ਇਲਾਕੇ ਸਾਰੇ ਜ਼ਿਆਦਾ ਇਹ ਖਰਬੂਜ਼ਾ ਹੀ ਹੁੰਦਾ ਹੈ। ਕੰਗਣਪੁਰ, ਪੱਤੋ ਹੋ ਗਈ, ਸਾਰਾ ਜਿਹੜਾ ਨਾ ਇਹ ਤਾਂ ਖਰਬੂਜ਼ਾ ਹੀ ਹੁੰਦਾ ਹੈ। ਖਰਬੂਜ਼ੇ ਦੀ ਕਾਸ਼ਤ ਜ਼ਿਆਦਾ ਹੈ, ਜਿਵੇਂ ਸਿਆਲਕੋਟ ਵਾਲੇ ਦੁਆਣਾ ਹੈਗਾ, ਇਸ ਤਰੀਕੇ ਕਿਹੜੀ ਜਗ੍ਹਾ ਦਾ ਹੈ? ਅਸਲਾਮ ਵਾਲੇਕੁਮ ਸਰ, ਇਹ ਕਿਹੜੀ ਜਗ੍ਹਾ ਦਾ ਕਰਮਾ ਹੈ? ਕਿਹੜਾ ਇਲਾਕਾ, ਕਿਹੜੀ ਜਗ੍ਹਾ? ਯਾਨੀ ਇਹ ਪੰਜਾਬ ਵਿੱਚ ਉਗਾਇਆ ਜਾ ਰਿਹਾ? ਦੇਖੋ ਜੀ, ਪੰਜਾਬ ਵਿੱਚ ਇਹ ਉਗਾਇਆ ਜਾ ਰਿਹਾ। ਮਾਸ਼ਾਅੱਲਾ ਗੱਡੀ ਮਾਸ਼ਾਅੱਲਾ ਭਰੀ ਹੋਈ ਹੈ, ਲੇਕਿਨ ਉਹਨਾਂ ਬੋਲੀ ਤੇ ਲਾਇਆ। ਖਰਚੇ ਵੀ ਨਹੀਂ ਨਿਕਲ ਸਕਦਾ, ਉੱਪਰ ਸੇ ਬਹੁਤ ਖਰਚੇ ਹੈ, ਹਮ ਬਹੁਤ ਗਰੀਬ ਬੰਦੇ ਹੈ, ਇਧਰ ਬਾਰਿਸ਼ ਹੋ ਰਹੀ ਹੈ, ਕੋਈ ਉਠਾ ਨਾ ਰਹੀ ਹੈ। ਮਾਲ ਦੇਖੋ ਕਿਤਨਾ ਸਾਫ ਹੈ, ਮਾਲ ਮਾਲ ਹਮ ਸਿੰਧ ਕੇ ਬੰਦੇ ਹੈ, ਗਰੀਬ ਬੰਦੇ, ਹਾਰੀ ਬੰਦੇ ਹੈ, ਸਿੰਧੀ ਮਾਣੂ, ਸਿੰਧੇ ਦੇ ਸੁੱਠੇ ਸੁੱਠੇ ਭਲੇ ਭਲੇ ਮਾਣੂ ਹੈ। ਇਹ ਭਾਈ ਹੋਰ ਜ਼ਿਆਦਾ ਆਪਣੀ ਨਾ ਬੋਲੀ 'ਚ ਬੋਲ ਰਹੇ ਨੇ, ਸਿੰਧੀ ਮਤ ਕਹੋ ਵੀ ਗਾਲਾਂ ਕੱਢ ਰਹੇ, ਨਹੀਂ ਉਹ ਆਪਣੀ ਬੋਲੀ 'ਚ ਬੋਲ ਦੱਸ ਰਹੇ ਨੇ ਇਹ ਰੇਟ ਹੈ, ਸਾਨੂੰ ਇਹ ਮਸਲਾ ਬਣ ਰਿਹਾ। ਦੇਖੀ ਲਿਓ ਆਪਣੂੰ ਰੇਟ ਬੇਟ ਕਾਏ ਕੋ ਨੇ ਹਫਾ ਤੇ ਮੀਡੀਆ ਰੋ ਮੈਂ ਮੰਗਾਈ ਨੇ ਚੈਨਲ ਮਾ ਮੋਕਲੀ ਜੋ ਹੈ ਪਟੋ ਹਟੋ ਕੋਈ ਨੇ 5000 ਵੀ ਜੋ ਕਾਏ ਬਚੀ ਜੋ ਕੋਈ ਨੇ ਪਰ ਇੱਕ ਨੇ 2000 ਘਾਟੋ ਪੜਿਓ ਹੈ। ਹਾਂ ਇਹ ਤਾਂ ਕੋਈ ਨਾ ਪੱਟੋ ਕੋਈ ਨਾ ਜੀ ਭਲੋ ਮਾਲ ਮਾਲ ਨੇ ਤਾਂ ਖੜਾਈ ਦਿਓ ਹਈ ਹੈ, ਕਿਨੇ ਗਰੀਬ ਕੁਰਬਾਨ ਵੰਡੀ ਦਿਓ ਮੁੰਡੋ ਰੇਟ ਕੋਈ ਨਾ ਬੈ ਗਾਡੀ ਲੈ ਆਇਓ ਤਿਵੇਂ ਤੂੰ ਵੀ ਖਾਲੀ ਹੋ ਗਈ ਨਾ ਲਈ ਜਾ ਨਾ ਕਜਾਈ ਜਾ ਭਾਈ ਪੰਜਾਬ ਨੂੰ ਹਈਆਂ ਨੂੰ ਕਾਂ ਨੂੰ ਵੀ ਉਤਰੀ ਜੋ ਤੇ ਉਹਨੂੰ ਹਾਈ ਫਾਈ ਰੇਟ ਗਿਰਾਕੀ ਵੀ ਘਣੀ ਚਲਤ ਵੀ ਘਣੀ ਜਾਈ ਵੀ ਜੋ ਹਈ। ਮੈਂ ਥੋੜ੍ਹੀ ਜੀ ਭਾਈ ਹੋਰਾਂ ਦੀ ਗੱਲ ਸਮਝਿਆ, ਮੈਂ ਤਕਰੀਬਨ ਉਹਨਾਂ ਨੇ ਕਿਹਾ ਵੀ ਇਹ ਗਰੀਬਾਂ ਦੇ ਵਿੱਚ ਵੰਡ ਦਿਓ, ਵੰਡ ਦਿਓ, ਇੱਥੇ ਕੋਈ ਰੇਟ ਨਹੀਂ ਹੈ। ਮੈਂ ਭਾਈ ਹੋਰਾਂ ਦੀ ਥੋੜ੍ਹੀ ਜਿਹੀ ਗੱਲ ਸਮਝਿਆ ਕਿ ਯਾਰ ਇਹ ਗੱਲ ਕਰ ਰਹੇ ਹੈ ਕਿਉਂਕਿ ਉਹ ਆਵਾਜ਼ ਆ ਰਹੇ ਨੇ ਕਿ ਚੀਜ਼ ਨਹੀਂ ਵਿਕ ਰਹੀ ਹੈ, ਉਹਦੀ ਵਜ੍ਹਾ ਤੋਂ ਕਹਿ ਰਿਹਾ ਕਿ ਜਿਹੜਾ ਨਾ ਵੀ ਗਰੀਬਾਂ 'ਚ ਵੰਡੀ ਜਾਓ, ਇੱਥੇ ਰੇਟ ਕੋ ਨਹੀਂ, ਕੋਈ ਚੀਜ਼ ਲੱਭ ਨਹੀਂ ਰਹੀ। ਮਾਸ਼ਾਅੱਲਾ ਗੱਡੀ, ਮਾਸ਼ਾਅੱਲਾ ਸਾਰੀ ਕੁਝ ਥੱਲੇ ਲਾ ਕੇ ਰੱਖੀ, ਉਵੇਂ ਗੱਡੀ ਖੜੀ, ਕੀ ਗੱਲ? ਗਾਹ ਘਟ ਹੈ ਸਰ, ਗਾਹ ਬਸ ਮੌਸਮ ਦੇ ਹਿਸਾਬ ਨਾਲ ਕੁਝ ਦੇਰ ਲੱਗੇਗੀ, ਗਾਹ ਕੀ ਗਾਹ ਕੇ ਨਜ਼ਰ ਨਹੀਂ ਆਣਾ। ਅੱਛਾ ਅੱਛਾ, ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ, ਮਾਸ਼ਾਅੱਲਾ ਵੇਖ ਅੱਜ ਸਾਰਾ ਇਸ ਸਾਈਡ ਤੇ ਜਿਹੜਾ ਨਾ ਸਾਰਾ ਜਾਲੀ ਵਾਲਾ ਤੋੜੀਆਂ ਵਾਲਾ, ਲੇਕਿਨ ਰੇਟ। ਸਲਾਮ ਅਲੈਕਮ ਸਰ ਜੀ, ਕੀ ਹਾਲ ਹੈ? ਠੀਕ ਹੈ। ਹੋਰ ਸਰ ਜੀ, ਹਾਂਜੀ ਸਰ ਜੀ, ਸਰ ਜੀ ਕਿੰਨੇ ਕਿੰਨੇ ਦੇ ਤੋੜੇ? ਆ ਤਾਂ ਗਈ ਹੈ ਨਾ, ਹਾਂਜੀ ਆ ਤਾਂ ਗਈ। ਅੱਛਾ ਸਰ ਜੀ ਕਿੰਨੇ ਕਿੰਨੇ ਤੋੜੇ? 700 ਦੀ। 700 ਦੀ? ਹਾਂਜੀ। ਵਜ਼ਨ ਕਿੰਨਾ ਕੁ ਹੋਏਗਾ?
16 ਕਿਲੋ ਵਜ਼ਨ ਹੈ ਜੀ, 700 ਦੀ ਹੈ ਇਹ, 50 ਤੋਂ ਥੱਲੇ ਹੀ ਪੈਂਦਾ ਹੈ। ਤੇ ਫਿਰ ਵੀ ਆਵਾਮ ਕਹੇ ਕਿ ਮਹਿੰਗਾ ਹੈ, ਫਿਰ ਮਰਦੀ ਹੈ ਫਿਰ ਆਉਂਦੀ। ਬਾਕੀ ਕਿਰਾਇਆ ਪਾੜਾ ਪਾ ਕੇ ਨਾ 50-60 ਰੁਪਏ ਪੈ ਜਾਂਦੇ। ਹੋਰ ਸਰ ਜੀ ਕੀ ਹਾਲ ਚਾਲ? ਠੀਕ ਹੋਰ ਸਰ? ਇਹ ਸਰ ਜੀ ਤੁਸੀਂ ਕਿਹੜਾ ਖਰਬੂਜ਼ਾ ਲਾਇਆ? ਪਿਸ਼ਤਾ? ਪਿਸ਼ਤਾ ਬਹੁਤ ਮਿੱਠਾ ਹੈ। ਇਹ ਕਿੱਥੋਂ ਦਾ ਆਇਆ ਸਰ? ਟੋਬਾ ਟੇਕ ਸਿੰਘ ਦਾ ਇਹ ਪਿਸ਼ਤਾ ਹੈ, ਇਹ ਟੋਬਾ ਟੇਕ ਸਿੰਘ ਦਾ। ਮਾਸ਼ਾਅੱਲਾ ਤੁਹਾਡੀ ਤਾਂ ਗੱਡੀ ਵਿਕ ਗਈ ਹੋਈ। ਦੋ ਬੱਚੇ ਮਾਰੇ ਸਾਥ ਹੈ, ਇਨਕਾ ਟਾਈਮ ਹੈ। ਪਿਸ਼ਤਾ ਪਿਸ਼ਤਾ ਉਹ ਉੱਚਾ ਬੋਲ ਕੀ ਹੋ ਗਏ? ਤੂੰ ਵੀ ਕਹਿੰਦਾ ਮੈਂ ਹੁਣ ਮਾਲ ਵੇਚਾਂ, ਖੁਦਾ ਦਾ ਬੰਦਾ ਪੜ੍ਹ ਲੈ ਕੁਛ, ਪੜ੍ਹਾਈ ਆ ਨੇ ਜ਼ੇਨ ਲਾ, ਮਾਂ ਪਿਓ ਦਾ ਮੁਸਤਕਬਲ ਸੰਭਾਲ। ਪੜ੍ਹਨਾ ਵੀ ਆ, ਸ਼ਹਿਜ਼ਾਦਾ ਲੱਗਿਆ ਵੇਖ, ਇਹ ਗੱਲ ਹੋਈ ਨਾ, ਪੜ੍ਹਿਆ ਵੀ ਕਰ। ਮਾਸ਼ਾਅੱਲਾ ਕੀ ਬਾਤ ਹੈ, ਮਾਸ਼ਾਅੱਲਾ ਜੀ ਵੇਖੋ ਜੀ, ਸਭ ਪਿਸ਼ਤਾ ਲੱਗਿਆ ਹੋਇਆ। ਹਾਂਜੀ ਪਿਸ਼ਤਾ, ਅੱਜ ਸਭ ਤੁਹਾਡੀ ਗੱਡੀ ਕਿਹੜੀ ਸੈਟ ਹੈ? ਸਾਡੀ ਗੱਡੀ ਹੈ ਜੀ। ਇਹ ਕਿੱਥੋਂ ਆਈ ਹੈ ਸਰ? ਇਹ ਆਈ ਹੈ ਪੱਤੋਂ ਤੋਂ ਆਈ। ਪੱਤੋਂ ਤੋਂ ਆਈ? ਪੱਤੋਂ ਲਾਡ ਪੱਤੋਂ। ਪੱਤੋਂ ਵਾਲੀ ਸਾਈਡ ਤੇ ਪਿਸ਼ਤਾ ਹੁੰਦਾ? ਹਾਂ ਜੀ, ਉੱਧਰ ਹੀ ਲੱਗਦਾ ਜੀ ਪਿਸ਼ਤਾ। ਅੱਛਾ, ਉੱਧਰ ਜਾ ਰੇਸ ਮੀਲ ਮਾਸ਼ਾਅੱਲਾ। ਅੱਛਾ ਅੱਛਾ, ਇਹ ਗਰਮਾ ਟਾਈਮ ਹੈਗਾ, ਬਹੁਤ ਮਿੱਠਾ ਹੈਗਾ। ਹਾਂਜੀ, ਅਸਲਾਮ ਵਾਲੇਕੁਮ। ਲਓ ਮੇਰੀ ਜਾਨ ਲਓ, ਮੈਂ ਆਪਣੇ ਵੀਰ ਨੂੰ ਪਹਿਲੇ ਵਿੱਚ ਲੈ ਆਉਣਾ। ਹੋਰ ਦੱਸੋ, ਤੁਸੀਂ ਇਹ ਦੱਸੋ ਵੀ ਉਦੋਂ ਅਮਰੂਦਾਂ ਵਾਲੇ ਕੋਲ ਛੱਡ ਦੇ, ਤੁਹਾਨੂੰ ਕਿਹਨਾਂ ਕਿਹਾ ਵੀ ਇੱਥੇ ਆ ਜਾਓ? ਕਿਆ ਗੱਡੀ ਖਰੀਦੀ ਤੁਸੀਂ? ਗੱਡੀ ਆਪਣੀ ਆ ਰਹੀ ਹੈ। ਅੱਛਾ, ਤੁਸੀਂ ਕੋਲ ਆਪਣੇ ਲਿਆ, ਵਪਾਰੀਆਂ ਨਾਲ ਗੱਲ ਕੀਤੀ ਤਾਂ ਆ ਰਹੀ ਹੈ? ਕਿਹੜੀ ਸਾਈਡ ਤੋਂ ਆ ਰਹੀ? ਪਤੋਗੀ ਤੋਂ। ਹਾਂਜੀ, ਮਾਸ਼ਾਅੱਲਾ ਕੀ ਬਾਤ। ਕਿੰਨਾ ਕੁ ਵਜ਼ਨ ਹੋਏਗਾ ਸਰ? ਇਹਦਾ ਵਜ਼ਨ ਹੋ ਜਾਂਦਾ ਕੋਈ 9-10 ਕਿਲੋ। 9-10 ਕਿਲੋ ਕਿੰਨੇ ਦੀ ਹੈ? 520 ਰੁਪਏ ਦੀ। 520 ਰੁਪਏ ਦੀ 10 ਕਿਲੋ ਵਜ਼ਨ ਹੈ, ਇਹ 50-55 ਰੁਪਏ ਪੈ ਜਾਂਦਾ। ਖਰਚਾ ਪਾ ਕੇ 60-70 ਰੁਪਏ ਪੈ ਜਾਏਗਾ, ਕਿਉਂਕਿ ਅੱਜ ਬਾਰਿਸ਼ ਵੀ ਆਈ ਹੋਈ, ਗਾਹਕ ਜਿਹੜਾ ਨਾ ਘੱਟ ਹੈਗਾ, ਗਾਹਕ ਜ਼ਿਆਦਾ ਨਹੀਂ ਹੈ। ਮਾਲ ਇਹ ਚਿੱਟਾ ਕਹੋ, ਇਹ ਚਿੱਟਾ ਹੈਗਾ ਜੀ, ਲਾਲ ਨਾਨਕ ਤੁਸੀਂ ਇਹਨੂੰ ਵੀ ਲਾਲ ਕਹੀ ਜਾ ਰਹੇ ਹੋ? ਚਿੱਟੇ ਨੂੰ ਵੀ ਲਾਲ ਕਹੀ ਜਾ ਰਹੇ? ਮਾਸ਼ਾਅੱਲਾ ਡਾਲੀ ਨਿਕਲੀ ਹੋਈ ਹੈ ਜੀ, ਇਹ ਡਾਲੀ ਦਾ ਮਾਲ ਅਲੱਗ ਦਾ ਵੇ ਜੀ। ਲਾਲਾ ਇਹ ਡਾਲੀ ਕਿੰਨੇ ਦਿੰਦੇ? 100 ਰੁਪਏ। ਨਹੀਂ ਸਰ ਜੀ, ਤੁਹਾਨੂੰ ਪਤਾ ਤੁਹਾਡੀ ਚੀਜ਼ ਦੇ ਨਾ, ਡਾਲੀ ਕਿੰਨੇ ਦੀ ਦਿੰਦੇ? 80 ਰੁਪਏ ਇੱਕ ਦਾਣਾ। ਇਹ ਵੇਖੋ ਜੀ, ਡਾਲੀ ਦਾ ਮਾਲ ਜਿਹੜਾ ਹੁੰਦਾ ਨਾ, ਇਹ 80 ਰੁਪਏ ਦਾ ਇੱਕ ਦਾਣਾ ਹੁੰਦਾ। ਉਹਨਾਂ ਨੇ ਮਾਸ਼ਾਅੱਲਾ ਇਹ ਚੁੱਟ ਕੇ ਲੈਂਦੇ ਕੋਈ ਨਹੀਂ ਹੈ। ਅੱਛਾ, ਉਹਦੇ ਵਿੱਚ ਜਿੱਥੇ ਵਾਰਦ ਆਵੇ ਉਹ ਤੇ ਲੈਣਾ ਨਾ ਉਹਨਾਂ ਚੀਜ਼। ਇਹ ਪੱਤੋਂ ਦਾ ਖਰਬੂਜ਼ਾ ਹੈ। ਹਾਂਜੀ ਹਾਂਜੀ, ਮਾਸ਼ਾਅੱਲਾ ਮਾਸ਼ਾਅੱਲਾ ਮੀਨ ਦੀ ਡਾਲੀ ਹੈ ਸਾਰੀ। ਅੱਛਾ ਅੱਛਾ, ਮਾਸ਼ਾਅੱਲਾ ਇਹ 800 ਦਾ ਛਾਪਾ ਲਾਇਆ। 800 ਦਾ ਛਾਪਾ ਕੀ ਹੈ? ਛਾਪਿਆਂ ਨੇ ਆਪਸ ਵਿੱਚ ਲੜ ਪਏ ਨੇ। ਉਹ ਦੋ ਦਾਣੇ ਨਾਲ ਦੀ ਨਹੀਂ, ਡਾਲੀ ਦਾ ਡਾਲੀ ਦਾ। ਇਹ ਵੇਖੋ ਜੀ, ਮਹਿਰ ਅਮੀਨ ਹੈਗਾ ਜੀ, ਜਿਹਦੀਆਂ ਮਾਸ਼ਾਅੱਲਾ 4 ਗੱਡੀਆਂ ਲੱਗੀਆਂ ਹੋਈਆਂ। 4 ਗੱਡੀਆਂ ਲੈਣ ਦੇ ਵਿੱਚ ਨਾ, ਇਹ ਮਹਿਰ ਅਮੀਨ ਦੀਆਂ ਲੱਗੀਆਂ ਹੋਈਆਂ ਗੱਡੀਆਂ।
ਇਹ ਪੱਤੋ ਕੇ ਜੋ ਆਇਆ ਹੈ ਮਹਿਰ ਅਮੀਨ ਮਾਸ਼ਾ ਅੱਲਾ ਜੀ 800 ਦਾ ਗਿਆ ਛਾਬਾ ਅੱਲਾ ਦੀ ਮਿਹਰਬਾਨੀ ਨਾਲ ਕਿਉਂਕਿ ਅੱਜ ਬਾਰਿਸ਼ ਰਾਤੀ ਆਈ ਸੀ ਉਹਦੀ ਵਜ੍ਹਾ ਤੋਂ ਗਾਹਕ ਅੱਜ ਘੱਟ ਹੈਗਾ ਵਿੱਚੂ ਇਹ ਚਿੱਟਾ ਨਿਕਲ 10 ਰੁਪਏ ਕਿਲੋ ਸੌਦੇ ਰਿਆਤ ਵੀ ਹੈ ਔਰ ਯੇ ਐਸੇ ਕਰ ਰਹੇ ਜੈਸੇ ਨਾ ਕੱਟਾ ਖਰੀਦਨੇ ਆਏ ਹੋਏ ਹੈ ਕੱਟੇ ਦਾ ਸੌਦਾ ਹੀ ਨਹੀਂ ਹੋ ਰਹਾ 10 ਰੁਪਏ ਕਿਲੋ 100 ਕੇ 5 ਕਿਲੋ ਹਾਂਜੀ 100 ਕੇ 5 ਕਿਲੋ ਬੈਠ ਕੇ ਰੋਟੀ ਵਾਲਾ ਸੌਦਾ ਔਰ ਸਾਜਮੀਨੋ ਕੇ ਵੀ ਬਣਾਏ ਯੇ ਸਾਰੀ ਮਜ਼ਦੂਰੀ ਕੀ ਰੇਟ ਸਰ ਜੀ 400 ਰੁਪਏ ਦੀ ਵਜ਼ਨ ਕਿੰਨਾ ਹੋਏਗਾ 400 ਰੁਪਏ ਦੀ ਤੇ 12 ਕਿਲੋ ਵਜ਼ਨ ਕੀ ਆਵਾਮ ਤੇ ਸਰ ਜੀ ਮਿਹਰਬਾਨ ਹੋ ਗਿਆ ਜੀ ਇਹ ਰਾਤ ਨੂੰ ਬਾਰਿਸ਼ ਆਈ ਉਹ ਮਿਹਰਬਾਨ ਕਰ ਗਈ ਸਾਰੇ ਹੀ ਖੱਟਰ ਨਹੀਂ ਨਹੀਂ ਰਾਤ ਨੂੰ ਬਾਰਿਸ਼ ਆਈ ਉਹ ਮਿਹਰਬਾਨ ਕਰ ਗਈ ਹੈ ਬਾਰਿਸ਼ ਦਾ ਤੋਹਫਾ ਹੈਗਾ ਜੀ ਮੌਸਮ ਦਾ ਤੋਹਫਾ ਹੈ ਅੱਛਾ ਮੌਸਮ ਹੈ ਪੈਕਿੰਗ ਲਾ ਕੇ ਅੱਛਾ ਅੱਛਾ ਸਰ ਜੀ ਇਹ ਕਿੱਥੋਂ ਦਾ ਮਾਲ ਆਇਆ ਇਹ ਬਹੁਤ ਜੀ ਆਰਫ ਵਾਲੇ ਦਾ ਮਾਲ ਹੈ ਤੇ ਇਹ ਅਸੀਂ ਹੀ ਸੂਰਤ ਹਾਲੇ ਬਲਾ ਡਾਊਨ ਹੋ ਗਿਆ ਬਾਰਿਸ਼ ਦੀ ਵਜ੍ਹਾ ਤੋਂ ਹੋਇਆ ਨਹੀਂ ਵੈਸੇ ਪ੍ਰੋਜੈਕਟ ਜ਼ਿਆਦਾ ਹੈਗੀ ਹੈ ਮਾਲ ਜ਼ਿਆਦਾ ਆ ਗਿਆ ਮਾਲ ਜ਼ਿਆਦਾ ਲੱਗਾ ਆ ਇਹ ਫਸਲ ਜ਼ਿਆਦਾ ਹੈ ਫਸਲ ਤੇ ਡਿਪੈਂਡ ਕਰਦੀ ਹੁਣ ਦੇਖੋ ਨਾ ਪਿਆਜ਼ ਹੈ ਹਾਂਜੀ ਹਾਂਜੀ ਪਿਆਜ਼ ਘੱਟ ਹੈ ਤੇ ਤੇਜ਼ ਹੈ ਜਿਹੜੀ ਫਸਲ ਜ਼ਿਆਦਾ ਹੈ ਉਹ ਫਿਰ ਮੰਡੀ ਹੁੰਦੀ ਹੈ ਰੇਟ ਮੰਡੀ ਦਾ ਕੋਈ ਕੰਫੀਡੈਂਸ ਨਹੀਂ ਕਰ ਸਕਦਾ ਮਤਲਬ ਕਿ ਜੀ ਇੱਕ ਰੇਟ ਫਿਕਸ ਰਹੇ ਅੱਜ ਮਾਲ ਵੀ ਮਾਸ਼ਾਅੱਲਾ ਬੜਾ ਆਇਆ ਹੈ ਅੱਲਾ ਦੀ ਮਿਹਰਬਾਨੀ ਨਾਲ ਫਸਲ ਤੇ ਡਿਪੈਂਡ ਕਰਦਾ ਫਸਲ ਜ਼ਿਆਦਾ ਹੈ ਤਰਬੂਜ਼ ਦੀ ਫਸਲ ਜ਼ਿਆਦਾ ਹੈ ਉਹਦੀ ਵਜ੍ਹਾ ਨਾਲ ਸਾ ਅੱਛਾ ਰੇਟ ਮੰਡੀ ਦਾ ਕੋਈ ਹੋ ਨਹੀਂ ਸਕਦਾ ਫਸਲ ਜ਼ਿਆਦਾ ਤੇ ਰੇਟ ਕੰਮ ਹੈ ਤੇ ਜਿਹੜੀ ਫਸਲ ਦਾ ਰੇਟ ਘੱਟ ਹਾਲਾਂਕਿ ਇਹਦੇ ਨਾਲ ਦੋ ਤਿੰਨ ਆਈਟਮਾਂ ਹੋਰ ਵੀ ਕਿਉਂਕਿ ਐਤਕੀ ਜਿਹੜਾ ਨਾ ਗਰਮਾ ਵੀ ਬੜਾ ਆ ਗਿਆ ਹੈ ਨਾਲ ਦੁਆਣਾ ਵੀ ਆ ਗਿਆ ਆ ਦੂਸਰੇ ਹੋਰ ਵੀ ਦੋ ਆਈਟਮਾਂ ਆ ਗਈਆਂ ਕਾਸ਼ਤ ਜ਼ਿਆਦਾ ਨਾ ਮਸਲਾ ਤੇ ਕਾਸ਼ਤ ਜ਼ਿਆਦਾ ਹੁਣ ਸਬਜ਼ੀਆਂ ਚਲੇ ਜਾਓ ਕਿਹੜੀ ਸਬਜ਼ੀ ਜਾਂ ਕੋਈ ਵੀ ਫਰੂਟ ਜ਼ਿਆਦਾ ਲੱਗਿਆ ਉਹਨੇ ਮੰਡੀ ਲਿਆਣੀ ਲੈਣੀ ਮਜਬੂਰੀ ਹੈ ਸਾਡੀ ਗੌਰਮੈਂਟ ਸਬਸਿਡੀ ਨਹੀਂ ਨਾ ਦਿੰਦੀ ਸਹੀ ਗੱਲ ਤੇਜ਼ੀ ਹੋਈ ਹੈ ਅੱਜ ਹੀ ਇਹ ਖਰਬੂਜ਼ਾ 1000 ਰੁਪਏ ਦੀ ਚੋਰੀ ਹੋਈ ਜਾਂ 2000 ਦੀ ਹੋਈ ਦੋਨੋਂ ਕਰਾਓ ਮਹਿੰਗੀ ਉਹ ਸਸਤਾ ਗੱਲ ਇਹ ਤੇ ਖਰਚੇ ਨਹੀਂ ਪੂਰੇ ਹੋ ਰਹੇ ਹੁਣ ਆਰਫ ਵਾਲੇ ਗੱਡੀ ਆਈ 45000 ਰੁਪਇਆ ਮਸਜਿਦ ਦਾ ਕਿਰਾਇਆ ਜੇ ਤੇ 50000 45000 ਰੁਪਇਆ ਕਿਰਾਇਆ